हेलो फ्रेंड्स कैसे हो सारे होप सारे बढ़िया होंगे सो सिद्धू सौ मिनट तड़का ਦੇ ਵਿੱਚ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਟੇਸਟੀ ਬਹੁਤ ਹੀ ਈਜ਼ੀ ਔਰ ਬਹੁਤ ਹੀ ਜਲਦੀ ਬਣ ਜਾਣ ਵਾਲੀ ਇੱਕ ਰੈਸਪੀ ਔਰ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਸੋ ਚਲੋ ਜੀ ਜਲਦੀ ਜਲਦੀ ਬਣਾਉਂਦੇ ਹਾਂ ਇਸ ਨੂੰ ਸੋ ਇਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਲਾਵਾਂਗੇ ਇੱਕ ਪੈਨ ਔਰ ਇਹਦੇ ਵਿੱਚ ਮੈਂ ਪਾ ਦਵਾਂਗੀ ਮਿਲਕ ਇੱਥੇ ਮੈਂ ਹਾਫ ਗਲਾਸ ਮਿਲਕ ਯੂਜ਼ ਕਰ ਰਹੀ ਹਾਂ ਹਾਫ ਮੈਂ ਇੱਕ ਸਾਈਡ ਤੇ ਰੱਖ ਦਵਾਂਗੀ ਜੇ ਮੈਨੂੰ ਜ਼ਰੂਰਤ ਫੀਲ ਹੋਈ ਤਾਂ ਮੈਂ ਇਸ ਨੂੰ ਦੁਬਾਰਾ ਯੂਜ਼ ਕਰ ਲਵਾਂਗੀ ਪਰ ਇੱਕਦਮ ਮੈਂ ਇਹਦੇ ਵਿੱਚ ਨਹੀਂ ਪਾਉਂਗੀ ਔਰ ਇਸ ਦੇ ਨਾਲ ਹੀ ਮੈਂ ਇਹਦੇ ਵਿੱਚ ਪਾ ਦਵਾਂਗੀ ਮਿਲਕ ਪਾਊਡਰ ਸਾਰਾ ਮਿਲਕ ਪਾਊਡਰ ਅਸੀਂ ਨਹੀਂ ਪਾਣਾ ਥੋੜਾ ਥੋੜਾ ਕਰਕੇ ਪਾਵਾਂਗੇ ਕਿਉਂਕਿ ਇਹ ਸਾਰਾ ਪਾ ਦਿੱਤਾ ਤਾਂ ਇਹਦੇ ਵਿੱਚ ਗੁੱਠਲੀਆਂ ਬਣ ਜਾਣਗੀਆਂ ਇਸ ਕਰਕੇ ਥੋੜਾ ਥੋੜਾ ਕਰਕੇ ਅਸੀਂ ਮਿਲਕ ਪਾਊਡਰ ਪਾਉਂਦੇ ਜਾਵਾਂਗੇ ਔਰ ਇਸ ਨੂੰ ਇਸ ਤਰੀਕੇ ਨਾਲ ਹਲਾਉਂਦੇ ਜਾਵਾਂਗੇ और इस तरीके थोड़ा जहा मिल्क पाउडर अभी ये होर पा देवेंगे थोड़ा थोड़ा करके ही असी ये पावेंगे इस तरीके देख सकते हो और सारा मिल्क पाउडर पाने तो बाद अ चंकी तरह हिला लवेंगे और दुध दो और मिल्क पाउडर असी चंग तरीके मिक्स कर लवेंगे इस तरीके ना यह बन जाऊगा और इस तुँ बाद मैं ये ऐड कर दूँगी नारियल का बूरा ਇਹ ਮਾਰਕੀਟ ਦੇ ਵਿੱਚੋਂ ਬੜੇ ਈਜ਼ੀਲੀ ਤੁਹਾਨੂੰ ਮਿਲ ਜਾਊਗਾ। ਫਰੈਸ਼ ਕੋਕਨਟ ਤੇ ਤੁਸੀਂ ਇੱਥੇ ਯੂਜ਼ ਨਹੀਂ ਕਰਨਾ। ਜੇ ਤੁਸੀਂ ਫਰੈਸ਼ ਕੋਕਨਟ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਕੱਦੂਕਸ ਕਰਕੇ ਥੋੜਾ ਜਾਨੂ ਪਨ ਲਿਓ। ਫੇਰ ਉਹਨੂੰ ਯੂਜ਼ ਕਰਿਓ। ਆਦਰਵਾਇਜ਼ ਤੁਹਾਡੀ ਜੜੀ ਪਰਫੀਆ ਉਹ ਚੰਗੀ ਤਰ੍ਹਾਂ ਨਹੀਂ ਬਣਨੀ। ਕੋਸ਼ਿਸ਼ ਕਰਿਓ ਕਿ ਜਿਹੜਾ ਮਾਰਕੀਟ ਵਾਲਾ ਸਾਨੂੰ ਬੁਰਾ ਮਿਲਦਾ ਨਾਰੀਅਲ ਦਾ ਉਹੀ ਤੁਸੀਂ ਯੂਜ਼ ਕਰੋ। ਇਸ ਤਰੀਕੇ ਨਾਲ ਲਗਾਤਾਰ ਅਸੀਂ ਇਹਨੂੰ ਚਲਾਉਂਦੇ ਰਵਾਂਗੇ। ਬਿਲਕੁਲ ਵੀ ਅਸੀਂ ਨੂੰ ਛੱਡਾਂਗੇ ਨਹੀਂ ਨਹੀਂ ਤਾਂ ਇਹ ਥੱਲੇ ਲੱਗ ਜਾਊਗਾ ਇਸ ट्रिक ਦੇ ਨਾਲ ਗੈਸ ਦਾ ਫਲੇਮ ਬਿਲਕੁਲ ਘੱਟ ਹੀ ਰੱਖਣਾ ਇਸ ਟਾਈਮ ਤੇ ਅਸੀਂ ਲਗਾਤਾਰ ਇਸ ਨੂੰ ਸਿ ਚਲਾਉਂਦੇ ਰਵਾਂਗੇ ਔਰ ਇਸ ਦੇ ਵਿੱਚ ਇਸ ਟਾਈਮ ਤੇ ਅਸੀਂ ਐਡ ਕਰਾਂਗੇ 2 ਸਪੂਨ ਆਇਲ ਦੇ ਤੁਸੀਂ ਕੋਈ ਵੀ ਆਇਲ ਇਥੇ ਯੂਜ਼ ਕਰ ਸਕਦੇ ਹੋ ਔਰ ਇਸ ਨੂੰ ਵੀ ਅਸੀਂ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ। ਔਰ ਚੰਗੀ ਤਰੀਕੇ ਨਾਲ ਅਸੀਂ ਇਹਨੂੰ ਹਲਾਉਂਦੇ ਰਵਾਂਗੇ ਜਦ ਤੱਕ ਇਹਦੀ ਇੱਕ ਚੰਗੀ ਤਰੀਕੇ ਨਾਲ ਬਾਈਂਡਿੰਗ ਨਹੀਂ ਹੋ ਜਾਂਦੀ। ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਮਿਕਸਚਰ ਹੈ ਥੋੜਾ ਜਿਹਾ گاੜਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ। ਔਰ ਇਸ ਟਾਈਮ ਤੇ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਚੀਨੀ। ਇੱਥੇ ਮੈਂ ਪਾਊਡਰ 슈ਗਰ ਹੀ ਯੂਜ਼ ਕਰ ਰਹੀ ਹਾਂ। ਔਰ ਗੈਸ ਦਾ ਫਲੇਮ ਅਸੀਂ ਬੰਦ ਕਰ ਦੇਵਾਂਗੇ। ਚੰਗੀ ਤਰੀਕਾ ਨਾਲ ਮਿਕਸ ਕਰ ਲਵਾਂਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਗੈਸ ਤੋਂ ਅਸੀਂ ਇਹਨੂੰ نیچے ਉਤਾਰ ਲਿਆਗਾ ਔਰ ਇਸ ਟਾਈਮ ਤੇ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਇਲਾਇਚੀ ਦਾ ਪਾਊਡਰ ਥੋੜੀ ਜੀ ਖੁਸ਼ਬੂ ਦੇ ਲਈ ਔਰ ਅਗੇਨ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਔਰ ਇਸ ਦੇ ਨਾਲ ਹੀ ਅਸੀਂ ਇੱਕ ਟ੍ਰੇ ਲੈ ਲਵਾਂਗੇ ਔਰ ਉਸ ਨੂੰ ਅਸੀਂ ਔਇਲ ਦੇ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਔਰ ਸਾਡਾ ਜਿਹੜਾ ਮਿਕਸਚਰ ਹੈ ਇਹਨੂੰ ਅਸੀਂ ਡਿਵਾਈਡ ਕਰ ਲਵਾਂਗੇ ਦੋ ਪੋਰਸ਼ਨਸ ਦੇ ਵਿੱਚ ਔਰ ਇਹ ਜਿਹੜੀ ਸਾਡੀ ਕਰੀਸ ਕਰੀ ਹੋਈ ਟ੍ਰੇਸ ਹੈਗੀ ਹਾਫ ਪੋਰਸ਼ਨ ਅਸੀਂ ਉਹਦੇ ਵਿੱਚ ਪਾ ਦੇਵਾਂਗੇ ਇਸ ਤਰੀਕੇ ਦੇ ਨਾਲ ਹਾਫ ਅਸੀਂ ਬਚਾ ਕੇ ਰੱਖ ਲਵਾਂਗੇ ਹਾਫ ਨੂੰ ਅਸੀਂ ਇਸ ਤਰੀਕੇ ਨਾਲ ਫੈਲਾ ਦੇਣਾਗਾ ਬਹੁਤ ਹੀ ਇਨਸਟੈਂਟ ਵਰਫੀਆ ਹੈ ਬਹੁਤ ਜਲਦੀ ਬਣ ਜਾਣ ਵਾਲੀ ਹੋਰ ਜ਼ਿਆਦਾ ਮਿਹਨਤ ਵੀ ਸਾਨੂੰ ਇਹਦੇ ਵਿੱਚ ਨਹੀਂ ਕਰਨੀ ਪੈਂਦੀ ਬਸ 7-8 ਮਿੰਟ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਸੋ ਤੁਸੀਂ ਇਹਨੂੰ ਟ੍ਰਾਈ ਜ਼ਰੂਰ ਕਰਿਓ ਇਸ ਰਿਕਨਾ ਚੰਗੀ ਤਰ੍ਹਾਂ ਅਸੀਂ ਇਹਨੂੰ ਬਰਫੀ ਨੂੰ ਪਛਾਣ ਲਿਆਗਾ ਔਰ ਇਸ ਤੋਂ ਬਾਅਦ ਸਾਡੇ ਜਿਹੜਾ ਬਚਿਆ ਹੋਇਆ ਮਿਕਸਚਰ ਹੈ ਉਹਦੇ ਵਿੱਚ ਅਸੀਂ ਐਡ ਕਰ ਦੇਵਾਂਗੇ ਫੂਡ ਕਲਰ ਤੁਸੀਂ ਕੋਈ ਵੀ ਫੂਡ ਕਲਰ ਇਹਦੇ ਵਿੱਚ ਐਡ ਕਰ ਸਕਦੇ ਹੋਗੇ ਜੇ ਤੁਹਾਡੇ ਕੋਲ ਫੂਡ ਕਲਰ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਕੇਸਰ ਵੀ ਐਡ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹਾ ਕਲਰ ਇੱਕ ਇਹਦਾ ਆਇਆਗਾ ਔਰ ਇਸ ਤੋਂ ਬਾਅਦ ਜਿਹੜੀ ਸਾਡੀ ਪਹਿਲੀ ਲੇਅਰ ਆ ਇਸ ਲੇਅਰ ਨੂੰ ਅਸੀਂ ਉਸ ਦੇ ਉੱਪਰ ਪਿਚਾ ਦੇਵਾਂਗੇ ਇਸ ਤਰੀਕੇ ਦੇ ਨਾਲ ਔਰ ਇਸ ਨੂੰ ਵੀ अगेन ਚੰਗੀ ਤਰ੍ਹਾਂ ਸੀ ਸੈੱਟ ਕਰ ਲਵਾਂਗੇ ਇਸ ਤਰੀਕੇ ਨਾਲ ਬਾਕੀ ਸਾਰਾ ਮਿਕਸਚਰ ਅਸੀਂ ਇਹਦੇ ਉੱਪਰ ਫੈਲਾ ਦੇਵਾਂਗੇ ਇਸ ਤਰੀਕੇ ਨਾਲ ਤੇ ਦੇਖ ਸਕਦੇ ਹਾਂ ਸਾਰਾ ਇਹਦੇ ਉੱਪਰ ਫੈਲ ਚੁੱਕਿਆਗਾ ਔਰ ਹਲਕੇ ਹੱਥ ਨਾਲ ਅਸੀਂ ਇਹਨੂੰ ਦਬਾ ਦੇਵਾਂਗੇ ਔਰ ਇਸ ਤੋਂ ਬਾਅਦ ਅਸੀਂ ਇਸ ਬਰਫੀ ਨੂੰ ਟੁਕੜ ਟੁਕੜ 20 ਤੋਂ 25 ਮਿੰਟ ਲਈ ਸੈਟ ਹੋਣ ਲਈ ਰੱਖ ਦੇਵਾਂਗੇ ਔਰ ਇਸ ਤੋਂ ਬਾਅਦ ਅਸੀਂ ਇਹਨੂੰ ਆਪਣੀ ਮਨਚਾਹੀ ਸ਼ੇਪ ਦੇ ਵਿੱਚ ਕੱਟ ਲਵਾਂਗੇ ਔਰ ਇਸ ਦੇ ਨਾਲ ਹੀ ਜੇ ਤੁਹਾਨੂੰ ਰੈਸਪੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਹਾਲ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਡੋਨਟ ਫਰਗੇਟ ਟੂ ਹੈਲਪ ਅ ਥਰੀ ਪਰਸਨ ਥੇਨ ਲੋਕਾਂ ਦੀ ਹੈਲਪ ਆਪਣੀ ਲਾਈਫ ਦੇ ਵਿੱਚ ਜ਼ਰੂਰ ਕਰਿਓ ਸੋ ਥੈਂਕ ਯੂ so much ji